ਪਰ ਅੱਜ ਮੈਂ ਤੁਹਾਨੂੰ ਇੱਕ ਜ਼ਰੂਰੀ ਗੱਲ ਦੱਸਣ ਆਇਆ। ਇਹ ਫੋਟੋ ਵੇਖੋ। ਮੈਂ ਬਾਰ-ਬਾਰ ਬਿਮਾਰ ਕਿਉਂ ਪੈਂਦੀ ਆ? ਮੈਨੂੰ ਸਕੂਲ ਵਿੱਚ ਸਭ ਬੁੱਧੂ-ਬੁੱਧੂ ਬੋਲਦੇ ਨੇ। ਮੈਂ ਰਨ ਲੈਣ ਵਾਸਤੇ ਨੱਸਦਾ ਹਾਂ ਤਾਂ ਥੱਕ ਜਾਂਦਾ। ਬੱਚੇ ਦਾ ਵਾਰ-ਵਾਰ ਬਿਮਾਰ ਪੈਣਾ, ਜਲਦੀ ਥੱਕ ਜਾਣਾ ਜਾਂ ਦੇਰ ਨਾਲ ਸਮਝਾਉਣਾ, ਇਹ ਸਭ ਕੁਪੋਸ਼ਣ ਦੇ ਲੱਛਣ ਹੋ ਸਕਦੇ ਨੇ। ਕੁਪੋਸ਼ਣ ਯਾਨੀ ਸਹੀ ਪੋਸ਼ਣ ਦੀ ਕਮੀ। ਗਰਭ ਤੋਂ ਲੈ ਕੇ ਜਨਮ ਦੇ ਪਹਿਲੇ 2 ਸਾਲ ਬੱਚਿਆਂ ਵਿੱਚ ਇਸ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ। ਅੱਜ ਦੇਸ਼ ਦਾ ਲਗਭਗ ਹਰ ਦੂਜਾ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ, ਯਾਨੀ ਸਰੀਰ ਅਤੇ ਦਿਮਾਗ ਤੋਂ ਕਮਜ਼ੋਰ। ਓਏ ਹੋਏ, ਇਹ ਤਾਂ ਸੁੱਕ ਗਿਆ। ਚੱਲ ਪੁੱਤਰ, ਪਹਿਲਾਂ ਇਹਨੂੰ ਪਾਣੀ ਪਾ। ਹੈ, ਹੁਣ ਪਾਣੀ ਦੇ ਕੇ ਕੀ ਫਾਇਦਾ? ਓਏ, ਇਸ ਨੂੰ ਪਾਣੀ ਪਾਵਾਂਗੇ ਤਾਂ ਹੀ ਤਾਂ ਫੁੱਲ ਖਿੜਣਗੇ। ਬਾਪੂ, ਤੁਸੀਂ ਹੀ ਤਾਂ ਦੱਸਿਆ ਸੀ ਜੇ ਇੱਕ ਵਾਰੀ ਰੁੱਖ ਸੁੱਕ ਜਾਵੇ ਤਾਂ ਜਿੰਨੀ ਮਰਜ਼ੀ ਖਾਦ ਪਾਣੀ ਪਾਓ ਉਹ ਠੀਕ ਨਹੀਂ ਹੋ ਸਕਦਾ। ਤੁਸੀਂ ਤਾਂ ਕਿਹਾ ਸੀ ਕਿ ਇੱਕ ਵਾਰੀ ਕੜਾ ਖਰਾਬ ਹੋ ਜਾਏ ਤਾਂ ਦੁਬਾਰਾ ਠੀਕ ਨਹੀਂ ਹੋ ਸਕਦਾ। ਜੇ ਇੱਕ ਵਾਰੀ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੋ ਗਿਆ ਤਾਂ ਚਾਹ ਕੇ ਵੀ ਅਸੀਂ ਉਹਨੂੰ ਦੁਬਾਰਾ ਠੀਕ ਨਹੀਂ ਕਰ ਸਕਦੇ। ਆਪਣੇ ਬੱਚੇ ਨੂੰ ਕੁਪੋਸ਼ਣ ਤੋਂ ਬਚਾਉਣਾ ਹੈ ਤਾਂ ਇਹ 4 ਗੱਲਾਂ ਜ਼ਰੂਰ ਯਾਦ ਰੱਖੋ। 1, ਗਰਭਵਤੀ ਨੂੰ ਭੋਜਨ ਅੱਛਾ। 2, ਪਹਿਲਾ ਗਾੜਾ ਦੁੱਧ ਹੈ ਸੱਚਾ। 3, 6 ਮਹੀਨੇ ਸਿਰਫ ਮਾਂ ਦਾ ਦੁੱਧ। 4, ਫਿਰ ਮਾਂ ਦਾ ਦੁੱਧ ਦੇ ਪੋਸ਼ਣ ਦਾ ਕਿਆ? 1, ਗਰਭਵਤੀ ਨੂੰ ਚੰਗਾ ਭੋਜਨ। 2, ਪਹਿਲਾ ਗਾੜਾ ਦੁੱਧ ਹੈ ਸੱਚਾ। 3, 6 ਮਹੀਨੇ ਸਿਰਫ ਮਾਂ ਦਾ ਦੁੱਧ। 4, ਫਿਰ ਮਾਂ ਦਾ ਦੁੱਧ ਅਤੇ ਪੋਸ਼ਣ ਦਾ ਧਿਆਨ।